ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਕਾਲ ਖਾਲਸਾ ਨਿਊਜ਼ ਵੱਲੋਂ ਅਸੀਂ ਰਮਦਾਸ ਕਸਬਾ ਰਮਦਾਸ 'ਚ ਪਹੁੰਚੇ ਹਾਂ, ਜਿਹੜਾ ਬਾਰਡਰ ਦੇ ਬਿਲਕੁਲ ਨੇੜੇ ਆ। ਉੱਥੇ ਅਸੀਂ ਅੱਜ ਰਮਦਾਸ ਕਸਬੇ ਦੇ ਵਿੱਚ ਇੱਕ ਮੈਡੀਕਲ ਸਟੋਰ, ਅਨੋਸ਼ ਮੈਡੀਕਲ ਸਟੋਰ ਦੇ ਵਿੱਚ ਪਹੁੰਚੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਦੱਸੋ ਕਿ ਆਹ ਜਿਹੜਾ ਕਰਫਿਊ ਦੇ ਵਿੱਚ ਢਿੱਲ ਮਿਲੀ ਆ, ਤੇ ਉਸ ਢਿੱਲ ਦੇ ਦੌਰਾਨ ਪੇਸ਼ੈਂਟ ਜਿਹੜੇ ਆ ਉਹ ਪਹੁੰਚ ਰਹੇ ਆ ਕਿ ਨਹੀਂ ਪਹੁੰਚਦੇ? ਕਿਹੜੇ ਕਿਹੜੇ ਜ਼ਿਆਦਾ ਪੇਸ਼ੈਂਟ ਜਿਹੜੇ ਆ ਉਹ ਆਉਂਦੇ? ਜਿਹੜੇ ਆਮ ਰੂਟੀਨ ਦੇ ਵਿੱਚ ਚੱਲਦੇ ਆ। ਸਾਨੂੰ ਇਹ ਵੀ ਪਤਾ ਕੁਛ ਲੱਗਾ ਆ ਕਿ ਕੋਈ ਇਸ ਤਰ੍ਹਾਂ ਦੇ ਕੋਈ ਜਿਹੜੇ ਮਰੀਜ਼ ਆ ਅੱਗੇ, ਇਹਨਾਂ ਨੂੰ ਕੁਛ ਘਟੇ ਆ ਕਿ ਵਧੇ ਆ, ਜਿਹਨਾਂ ਨੂੰ ਦਵਾਈਆਂ ਪਿਛਲੇ ਦਿਨਾਂ ਦੇ ਵਿੱਚ ਨਹੀਂ ਮਿਲੀਆਂ? ਆਮ ਨੋਰਮਲੀ ਰੂਟੀਨ 'ਚ ਆ। ਤੇ ਕਿੰਨੇ ਤੋਂ ਕਿੰਨਾ ਤੁਸੀਂ ਇਹ ਜਿਹੜੀ ਆਪਣੇ ਦੁਕਾਨ ਆ ਇਹ ਮੈਡੀਸਨ ਦੀ, ਇਹ ਕਿੰਨੇ ਤੋਂ ਕਿੰਨਾ ਟਾਈਮ ਖੋਲਦੇ ਹੋ? 7 ਵਜੇ ਤੋਂ 10 ਵਜੇ ਤੱਕ। ਤੇ ਜਿਹੜਾ ਲੋਕਡਾਊਨ ਆ ਉਹਦਾ ਅਸਰ ਹੈਗਾ ਆ ਜੀ ਵੇਖਣ ਦੇ ਵਿੱਚ? ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਆਪਣੀ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਆ। ਲੋਕਾਂ ਦੇ ਵਿੱਚ ਇਸ ਗੱਲ ਦੀ ਗੱਲ ਹੈਗੀ ਆ ਕਿ ਅਸੀਂ ਇਸ ਬਿਮਾਰੀ ਤੋਂ ਡਰ ਕੇ ਆਪਣੇ ਆਪ ਨੂੰ ਠੀਕ ਕਰਨਾ ਆ, ਜਾਗਰੂਕਤਾ ਹੈਗੀ ਆ। ਕੋਈ ਤੁਸੀਂ ਇਸ ਗੱਲ ਦਾ ਸੰਦੇਸ਼ ਕੋਈ ਆਮ ਲੋਕਾਂ ਨੂੰ ਦੇਣਾ ਚਾਹੋਗੇ? ਹਾਂਜੀ, ਵਧੀਆ ਗੱਲ ਹੈ ਜੀ। ਸਾਨੂੰ ਇਸ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਨਾਲ ਆਪਣੀ ਲਾਈਫ ਨੂੰ ਵੀ ਸੇਫ ਕਰਦੇ ਹੋਏ, ਆਪਣੇ ਜਿੱਦਾਂ ਸਰਕਾਰ ਨੇ ਕਿਹਾ ਆਪਣੇ ਘਰ ਵਿੱਚ ਰਹਿਣਾ ਚਾਹੀਦਾ ਵਾ, ਸਾਨੂੰ ਰਹਿਣ ਦੀ ਜ਼ਰੂਰਤ ਹੈ ਜੀ। ਬਿਲਕੁਲ ਵਧੀਆ ਗੱਲ ਹੈ। ਠੀਕ ਹੈ ਜੀ, ਓਕੇ, ਧੰਨਵਾਦ ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।